ਸਤਿ ਸ਼੍ਰੀ ਅਕਾਲ ਜੀ ਇੱਕ ਨਵੀਂ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਵੀਰੋ ਆਪਾਂ ਗੱਲ ਕਰਨ ਜਾ ਰਹੇ ਹਾਂ ਕਿ ਝੋਨਿਆਂ ਦੇ ਝਾੜ ਬਾਰੇ ਕਿ ਇਸ ਵਾਰ ਏਸੀ ਜਣ ਝੋਨਿਆਂ ਦੇ ਕੀ ਝਾੜ ਰਹਿਣ ਵਾਲੇ ਨੇ ਕਿਉਂਕਿ ਮੌਸਮ ਹੁੰਦਾ ਚਲੋ ਸਾਫ਼ ਹੈ ਬਟ ਪਿੱਛੇ ਇੱਕ ਦੋ ਵਾਰੀ ਪਿਛਲੀ ਵਾਰੀ ਜਿਹੜਾ ਹੁਣ ਮੀਂਹ ਪੈ ਗਿਆ ਹਟਿਆ ਉਹ ਤੇ ਚਲੋ 2 ਦਿਨ ਲੱਗਿਆ ਰਿਆ ਬਟ ਜਿਹੜਾ ਉਹ ਤੋਂ ਪਿੱਛੇ ਆ ਮੀਂਹ ਉਹ ਵੀ ਆਕੇ ਕੇ ਇਲਾਕਿਆਂ 'ਚ 1 ਦਿਨ ਪੂਰਾ ਪੈ ਗਿਆ ਜਾਂ ਕਿਤੇ 2 ਘੰਟੇ ਕਿਤੇ 3 ਘੰਟੇ ਮੀਂਹ ਨੇ ਆਪਣੀ ਪੂਰੀ ਐਨ ਤਸੱਲੀ ਕਰਾਈ ਆ ਝੋਨੇ ਤਾਂ ਪਹਿਲਾਂ ਜਿਹੜੇ ਸਾਡੇ ਨਾਲ ਮੀਂਹ ਪੈ ਗਿਆ ਸੀ ਪਾਣੀਆਂ ਦੀ ਜਿੱਥੇ ਕਮੀ ਸੀ ਉੱਥੇ ਤਾਂ ਪਾਣੀ ਪੂਰੇ ਹੋ ਗਏ ਪਰ ਕਈ ਜਗ੍ਹਾ ਤੇ ਇਸ ਹੋਇਆ ਜਿੱਥੇ ਪਾਣੀ ਜ਼ਮੀਨਾਂ 'ਚ ਜ਼ਿਆਦਾ ਟਾਈਮ ਰੁਕਦੇ ਨੇ ਤੇ ਉੱਥੇ ਪਾਣੀ ਜ਼ਿਆਦਾ ਮੀਂਹ ਪੈਣ ਦੇ ਕਾਰਨ ਪੈਲੀਆਂ ਦੇ ਵਿੱਚ ਪਾਣੀ ਕਿਉਂਕਿ ਬੂਟਾ ਝੋਨਾ ਉਦੋਂ ਮਾਰਦਾ ਜਦੋਂ ਉਹਨੂੰ ਜਦੋਂ ਆਪਾਂ ਪਹਿਲੇ 15 ਦਿਨ ਪਾਣੀ ਖਿਲਾੜ ਕੇ ਰੱਖੀਦਾ ਤੇ ਬਾਅਦ ਵਿੱਚ ਉਹਨੂੰ ਸੋਕਾ ਲਗਾਉਣਾ ਸਟਾਰਟ ਕਰਦੀਦਾ ਜਿਹਦੇ ਕਾਰਨ ਜਦੋਂ ਬੂਟਾ ਹਮੇਸ਼ਾ ਝੋਨਾ ਉਦੋਂ ਮਾਰਦਾ ਜਦੋਂ ਉਹ ਪਾਣੀ ਦੇ ਵਿੱਚ ਨਹੀਂ ਖੜਿਆ ਜਦੋਂ ਪਾਣੀ ਚੋਂ ਭਾਵੇਂ ਅੱਧੇ ਘੰਟੇ ਲਈ ਬਾਹਰ ਹੋਏ ਤੇ ਉਹਦੇ ਟਿੱਲਰ ਨਿਕਲਨੇ ਸਟਾਰਟ ਹੋ ਜਾਂਦੇ ਆ ਤੇ ਜਦੋਂ ਆਪਾਂ 24 ਘੰਟੇ ਝੋਨਾ ਪਾਣੀ ਦੇ ਵਿੱਚ ਰਹਿਣਾ ਤੇ ਫੇਰ ਉਹ ਝੋਨਾ ਟਿੱਲਰ ਵੀ ਨਹੀਂ ਮਾਰਦਾ ਤੇ ਉਦਾਂ ਵੀ ਅੱਗੇ ਜਾ ਕੇ ਉਹਦੇ ਤੇ ਬਿਮਾਰੀਆਂ ਪੈਣ ਦੇ ਚਾਂਸ ਪੂਰੇ ਆ ਇਹ ਝੋਨਾ ਆਪਣੀ ਥੋੜੇ ਜਿਹਾ ਜ਼ਮੀਨ ਉੱਚੀ ਆ ਤੇ ਪਾਣੀ ਵੀ ਇੱਥੇ ਕਾਫੀ ਲੱਗਦਾ ਝੋਨਾ ਵੀ ਇਹ ਪਿੰਡ ਦੀ ਲੇਬਰ ਨਾਲ ਲੱਗਿਆ ਹੋਇਆ ਪਿੰਡ ਦੀ ਲੇਬਰ ਨਾਲ ਝੋਨਾ ਸੰਘਣਾ ਹਮੇਸ਼ਾ ਹੀ ਤੁਹਾਨੂੰ ਵੀ ਪਤਾ ਲੱਗਦਾ ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਇਸ ਵਾਰ ਝੋਨੇ ਆ ਜਿਹੜੇ ਉਹ ਦਰਮਿਆਨੇ ਰਹਣ ਦੀ ਉਮੀਦ ਆ ਜੇ ਆਪਾਂ ਬੋਤੇ ਵਧੀਆ ਝਾੜ ਜਿੰਨੂੰ ਕਹੀਦਾ ਜਿਹੜਾ ਮਤਲਬ ਪਿਛਲੀ ਤੋਂ ਪਿਛਲੀ ਵਾਰ ਵਧੀਆ ਝੋਨਿਆਂ ਦਾ ਆਪਣੇ ਏਰੀਏ ਦੇ ਵਿੱਚ ਤੇ ਵਧੀਆ ਆਇਆ ਸੀ ਕਈ ਏਰੀਆ ਦੇ ਵਿੱਚ ਉਦੋਂ ਵੀ ਮਾੜਾ ਝਾੜ ਆਇਆ ਸੀ ਬਾਰੇ ਇਸ ਵਾਰ ਝੋਨਿਆਂ ਦੇ ਜਿਹੜੇ ਝਾੜ ਆ ਉਹ ਜੇ ਤੁਹਾਡੇ ਪਿਛਲੀ ਵਾਰੀ ਦੇ ਮੁਕਾਬਲੇ ਪਿਛਲੀ ਵਾਰੀ ਥੋੜੀ ਜਿਹੀ ਝੋਨਿਆਂ ਦੇ ਕਈ ਜਗ੍ਹਾ ਤੇ ਬੜੇ ਵਧੀਆ ਰਹੇ ਸੀ ਕਈ ਜਗ੍ਹਾ ਮਾੜੇ ਰਹੇ ਸੀ ਆਪਣੇ ਇਧਰ ਮਾੜੇ ਰਹੇ ਸੀ ਗੁਰਦਾਸਪੁਰ ਏਰੀਏ ਦੇ ਵਿੱਚ ਇਸ ਵਾਰ ਝੋਨਿਆਂ ਦੀ ਜਿਹੜੀ ਝਾੜ ਉਹ ਦਰਮਿਆਨੇ ਹੀ ਰਹਿਣਗੇ ਨਾ ਬਹੁਤੇ ਵਧੀਆ ਰਹਿਣਗੇ ਤੇ ਨਾ ਬਹੁਤੇ ਮਾੜੇ ਰਹਿਣਗੇ ਕਿਉਂਕਿ 1509 ਤੇ ਵਧੀਆ ਨਿਕਲ ਰਹੀ ਆ ਹੁਣ ਤੱਕ ਉਹਦਾ ਝਾੜ ਚੰਗਾ ਇਸ ਵਾਰ ਨੋਟ ਕੀਤਾ ਗਿਆ ਪਰ ਅੱਗੇ ਜਾ ਕੇ ਕਿਉਂਕਿ ਉਹਦੇ ਪੱਕਣ ਚ ਤੇ ਜਿਹੜੇ ਦੂਸਰੇ ਪੱਕੇ ਇੰਚ ਝੋਨੇ ਆ ਇਹਨਾਂ ਚ 20 ਦਿਨ ਦਾ ਕਿਤੇ ਫਰਕ ਕਿਤੇ 15 ਦਿਨ ਦਾ ਕਿਤੇ ਕਿਤੇ ਤਾਂ ਮਹੀਨੇ ਦਾ ਵੀ ਫਰਕ ਪੈ ਜਾਂਦਾ ਪਰ ਝੋਨਿਆਂ ਦੇ ਝਾੜ ਇਸ ਵਾਰ ਚੰਗੇ ਨਹੀਂ ਆਣਗੇ ਬਹੁਤੇ ਜਿਹੜੇ ਵਧੀਆ ਆਪਾਂ ਕਹੀਦਾ ਇਹੋ ਜਿੱਥੇ ਆਪਣਾ 30 ਕੁਇੰਟਲ ਨਿਕਲਦਾ ਸੀ ਉਥੇ ਇਹ 28 29 ਤੱਕ ਸਿਮਟ ਜਾਣਗੇ ਤੇ ਜਿੱਥੇ ਆਪਣਾ ਚੋਨਾ 32 ਕਿਉਂਕਿ ਇਹ ਸੁਨਨ ਨੂੰ ਬੁਰਾ ਲੱਗਦਾ ਕਈ ਲੋਕ ਕਹਿ ਦਿੰਦੇ ਆ ਕਮੈਂਟਾਂ ਚ ਕਿ ਨਹੀਂ ਨਹੀਂ ਬਾਈ ਜੀ ਇਹ ਆਪਾਂ ਜ਼ਮੀਨ ਮੇਣ ਕੇ ਕਈ ਵਾਰੀ ਜ਼ਮੀਨਾਂ ਚ ਰਾਹ ਵਖੇ ਹੁੰਦੇ ਆ ਜਾਂ ਵਟਾਂ ਵਖੀਆਂ ਹੁੰਦੀਆਂ ਜਾਂ ਕੁਝ ਵੀ ਜ਼ਮੀਨ ਜ਼ਿਆਦਾ ਹੁੰਦੀ ਆ ਆਪਾਂ ਉਹਦੇ ਸਾਬ ਨਾਲ ਝਾੜ ਦੱਸੀ ਦਾ ਕਈ ਵਾਰੀ ਕਹਿ ਦਿੱਤਾ ਕਿ ਇੰਨਾ ਝਾੜ ਨਿਕਲ ਗਿਆ ਕੋਈ ਝੋਨਾ ਇੱਕ ਅਜਿਹੀ ਚੀਜ਼ ਹੈ 10 ਮਰਲੇ ਜਗ੍ਹਾ ਵੀ ਵੱਧ ਲੱਗ ਜੇ ਤੇ ਜੇ ਆਪਣਾ 32 ਕੁਇੰਟਲ ਦਾ ਵੀ ਝਾੜ ਆ ਰਿਹਾ ਤੇ ਉਹ ਵੀ ਕਨਾਲ ਦਾ ਆਪਣੇ 4 ਕੁਇੰਟਲ ਬੰਦ ਆ ਠੀਕ ਆ ਜੇ ਆਪਣਾ 10 ਮਰਲੇ ਵੀ ਤਾਂ ਵੱਧ ਵਗ ਜੇ ਤੇ 10 ਮਰਲੇ ਦਾ ਵੀ ਆਪਾਂ ਨੂੰ ਪੁਲੇਖਾ ਲੱਗ ਜੇ ਤੇ ਤੁਸੀਂ ਸੋਚ ਹੀ ਸਕਦੇ ਹੋ ਕਿ ਝਾੜ 2 ਕੁਇੰਟਲ ਦਾ ਫਰਕ ਪੈ ਜਾਏਗਾ ਇਸ ਕਰਕੇ ਜੀ ਜਮੀਨ ਆਪਾਂ ਮੀਣਕੇ ਵੀ ਝਾੜ ਜਿਹੜਾ ਉਹ 32 33 ਲਾਗੇ ਤੱਕ ਖੜਿਆ ਕਿਉਂਕਿ ਉਸ ਏਰੀਏ ਪਹਿਲਾਂ ਆਪਣੇ 21 ਬੜਾ ਵਧੀਆ ਝਾੜ ਦਿੰਦਾ ਸੀ ਇਸ ਵਾਰ 21 ਨੇ ਤੇ ਚਲੋ ਕੰਮ ਹੀ ਠਾ ਕਰਤਾ ਪਰ ਇਸ ਵਾਰ ਝੋਨਿਆਂ ਦੇ ਜਿਹੜੇ ਝਾੜ ਆ ਉਹ ਵਧੀਆ ਨਹੀਂ ਆਣਗੇ ਬੂਤੇ ਟਾਪ ਦੇ ਨਹੀਂ ਆਣਗੇ ਇਹ ਕਈ ਵੀਰ ਕਮੈਂਟ ਕਰਦੇ ਆ ਕਿ ਨਹੀਂ ਇਸ ਵਾਰ ਝੜ ਚੰਗੇ ਆਣਗੇ ਨਹੀਂ ਵੀਰੋ ਇਸ ਵਾਰ ਮੌਸਮ ਵੀ ਐਂਡ ਤੇ ਸਲਾਬਾ ਜਾ ਰਿਹਾ ਆ ਥੋੜਾ ਜਿਹਾ ਹਿਊਮਿਡਿਟੀ ਜ਼ਿਆਦਾ ਹੋ ਗਈ ਸੀ ਕਿਉਂਕਿ ਹਰ ਸਾਲ ਹਿਊਮਿਡਿਟੀ ਜੇ ਇਸ ਐਤ ਕਿ ਇੰਨੀ ਮੰਨ ਲਓ ਇੱਕ ਪੁਆਇੰਟ ਆ ਉੱਥੋਂ ਤੱਕ ਹਿਊਮਿਡਿਟੀ ਗਈ ਹੈ ਤੇ ਅਗਲੀ ਵਾਰੀ ਉਤੋਂ ਵੱਧ ਜਾਏਗੀ ਪਤਾ ਨਹੀਂ ਇਸ ਵਾਰ ਇਹ ਕਿਉਂ ਇਹ ਕੋਈ ਅਜੋਨ ਲੇਅਰ ਦੇ ਕਾਰਨ ਜਾਂ ਕਿਸੇ ਕਾਰਨ ਗਰਮੀ ਆ ਇਸ ਸਾਲ ਵੱਧ ਰਹੀ ਆ ਜਿਹਦੇ ਕਾਰਨ ਝਾੜਾਂ ਤੇ ਸੁੱਕਾ ਤਾਂ ਵੀ ਪਤਾ ਕਣਕ ਦੇ ਝਾੜ ਤੇ ਵੀ ਪ੍ਰਭਾਵ ਪਿਆ ਤੇ ਇਸ ਵਾਰ ਇਹ ਝਾੜਾਂ ਤੇ ਵੀ ਪ੍ਰਭਾਵ ਪੈਣ ਦੀ ਉਮੀਦ ਆ ਝੋਨਿਆਂ ਦੇ ਝਾੜ ਚੰਗੇ ਨਹੀਂ ਆਣਗੇ ਠੀਕ ਹੀ ਦਰਮਿਆਨੇ ਹੀ ਝਾੜ ਨਿਕਲਣਗੇ ਝੋਨਿਆਂ ਦੇ